ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਥਾਣਾ ਲੰਬੀ ਦੇ ਵਿੱਚ ਪੈਂਦੇ ਪਿੰਡ ਫਤਿਹਪੁਰ ਮੰਨੀਆਂ ਦੇ ਵਿੱਚ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋ ਗਈ ਸੀ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ 4 ਵਿਅਕਤੀਆਂ ਦੇ ਵਿਰੁੱਧ ਮਾਮਲਾ ਦਰਜ ਕੀਤਾ। ਮ੍ਰਿਤਕ ਦੀ ਮਾਂ ਨੇ ਦੱਸਿਆ ਹੈ ਕਿ ਆਰੋਪੀ ਉਸਦੇ ਪੁੱਤਰ ਨੂੰ ਘਰੋਂ ਲੈ ਕੇ ਗਏ ਤੇ ਉਸਨੂੰ ਨਸ਼ੇ ਦਾ ਟੀਕਾ ਲਗਾਇਆ, ਜਿਸ ਕਾਰਨ ਉਸਦੀ ਮੌਤ ਹੋਈ ਹੈ। ਉਹਦਾ ਉਹਦੀ ਮਾਤਾ ਸਰਬਜੀਤ ਕੌਰ ਨੇ ਸਾਡੇ ਕੋਲ ਇੱਕ ਬਿਆਨ ਲਿਖਾਇਆ ਸੀਗਾ, ਐਂ ਕਰਕੇ ਮੇਰੇ ਬੇਟੇ ਨੂੰ 4 ਮੁੰਡੇ ਮੇਰੇ ਘਰੋਂ ਲੈ ਗਏ ਸੀ ਮੋਰਨਿੰਗ ਕਲੋਟ ਸ਼ਹਿਰ। ਉਹ ਤੋਂ ਬਾਅਦ ਤਕਰੀਬਨ ਸ਼ਾਮ ਨੂੰ ਵੀ ਉਹਦੀ ਡੈਡ ਬੋਡੀ ਸ਼ਾਮ ਨੂੰ ਮੇਰੇ ਘਰੇ ਛੱਡ ਗਈ। ਉਹ ਤੋਂ ਬਾਅਦ ਉਹਨਾਂ ਨੇ ਮਲੋਟ ਦਾਖਲ ਕਰਵਾਉਂਦਾ ਅਤੇ ਡਾਕਟਰ ਸਾਹਿਬ ਦੀ ਰਿਪੋਰਟ ਦੇ ਆਧਾਰ 'ਤੇ ਅਤੇ ਉਹਨਾਂ ਦੇ ਬਿਆਨ ਦੇ ਆਧਾਰ 'ਤੇ ਐਫ ਆਈ ਆਰ ਲੌਜ ਕਰਤੀ ਅਤੇ ਅਗਲੀ ਸਥਿਤੀ ਸੀ ਮੰਨਿਆ ਵੀ ਉਹਨਾਂ ਦਾ ਉਹਨਾਂ ਦਾ ਗੁਰਪ੍ਰੀਤ ਜਿਹੜਾ ਉਹਨਾਂ ਦਾ ਛੋਟਾ ਬ੍ਰਦਰ ਹੈ ਉਹ ਮੰਨਿਆ ਵੀ ਹੈ ਵੀ ਟੀਕਾ ਮੈਂ ਲਾਇਆ ਹੈ, ਠੀਕ ਹੈ, ਅਤੇ ਉਹਨਾਂ ਦੱਸਿਆ ਵੀ ਅਸੀਂ ਇੱਥੋਂ ਚਿੱਟਾ ਲਿਆਂਦਾ ਹੈ, ਇੱਥੇ ਟੀਕਾ ਲਾਇਆ, ਟੀਕਾ ਲਾਉਂਦੇ ਹਾਂ ਸਾਰ ਅਤੇ ਕਾਕੇ ਦੀ ਡੈਥ ਹੋ ਗਈ ਹੈ, ਲਿਫਾਫਾ ਵੀ ਬਰਾਮਦ ਹੋਇਆ ਹੈ, ਸਰਿੰਜਾਂ ਵੀ ਬਰਾਮਦ ਹੋਈਆਂ ਜਿਹਦੇ ਨਾਲ ਟੀਕਾ ਲਾਇਆ ਹੈ। ਮੇਰਾ ਬੇਟਾ ਪਹਿਲਾਂ ਕੋਈ ਨਸ਼ਾ ਨਹੀਂ ਸੀ ਕਰਦਾ, ਇਹਨਾਂ ਨੇ ਮੇਰੇ ਬੇਟੇ ਨੂੰ ਇੰਝ ਕੀਤਾ ਹੈ। ਨਹੀਂ ਜੀ, ਵਿਆਹ ਨਹੀਂ ਮੰਗਿਆ ਸੀ ਜੀ। ਕਿੰਨੇ ਬੱਚੇ ਕਿੰਨੇ ਦਾ? ਮੇਰੇ ਬੱਚੇ 2, ਇੱਕ ਘਰ ਵਾਲੇ ਦੀ 2011 'ਚ ਡੈਥ ਹੋਈ ਆ। ਮੈਂ ਸਰਮਾ ਸਾਹਿਬ ਦੇ ਪੁੱਤ ਪਾਲੇ, ਮੈਨੂੰ ਪਤਾ ਜਿਵੇਂ ਮੈਂ ਆਪਦੇ ਪੁੱਤ ਪਾਲੇ ਆ, ਇਹਨਾਂ ਲੋਕਾਂ ਨੇ ਮੇਰਾ ਪੁੱਤ ਖਾ ਲਿਆ ਹੈ। ਮੇਰੇ ਪੁੱਤ ਨੂੰ ਲੜਾਈ ਲਿਜਾਉਂਦੇ ਸੀਗੇ, ਪੁਲਿਸ ਨੇ ਕਾਰਵਾਈ ਕਰਤੀ ਹੈ। 4 ਜਣੇ ਹੁੰਦੇ। ਹਾਂਜੀ।